نحمده ونصلي على رسوله الكريم اما بعد اعوذ بالله من الشيطان الرجيم بسم الله الرحمن الرحيم الصلاه والسلام عليك يا سيدي يا رسول الله وعلى اليك وصحبه يا سيدي يا حبيب الله قابل صدر احترام عزیز طلباء دے اللہ پیتھی قران تھراپی تے محمدی صلی اللہ علیہ وسلم دے روحانی علاج دے سلسلے دی نشست وچ جسمانی کمزوری واسطے کاجو دا حلوا دسنے آ ਅੱਧਾ ਕਿਲੋ ਦੁੱਧ ਲੈ ਕੇ ਪੰਜ ਕਾਜੂ ਦੇ ਦਾਣੇ ਉਹਦੇ ਵਿੱਚ ਪਾ ਲਓ ਦੋ ਅਖਰੋਟ ਦੇ ਮਗਜ਼ ਪਾ ਲਓ ਮਗਜ਼ ਬਦਾਮ ਸੱਤ ਉਹਦੇ 'ਚ ਪਾ ਲਓ ਕਿਸ਼ਮਿਸ਼ ਇੱਕ ਚਮਚ ਪਾ ਲਓ ਚਾਰੇ ਮਗਜ਼ ਇੱਕ ਚਮਚ ਪਾ ਕੇ ਉਹਨੂੰ ਮਿਮ ਕੋਮ ਕਰ ਲਓ ਕੁੱਟ ਲਓ ਅਤੇ ਫਿਰ ਦੁੱਧ 'ਚ ਪਾ ਕੇ ਇਹਨਾਂ ਮਗਜ਼ਾਂ ਨੂੰ ਇਹਦਾ ਹਲਵਾ ਤਿਆਰ ਕਰੋ ਅਤੇ ਸੁਬਹ ਖਾਲੀ ਪੇਟ ਇਹ ਹਲਵਾ ਜਿਹੜਾ ਰੋਜ਼ਾਨਾ ਖਾਂਦੇ ਰਹੋ ਇਨਸ਼ਾਅੱਲਾ ਥੋੜ੍ਹੇ ਅਰਸੇ ਜੀ ਜਿਸਮਾਨੀ ਕਮਜ਼ੋਰੀ ਜਿਹੜੀ ਉਹ ਦੂਰ ਹੋ ਜਾਏਗੀ ਅਤੇ ਅੱਲਾ ਸੁਣ ਦੀ ਬਾਰਗਾਹ ਦਿਲ ਦੀ ਗਹਿਰਾਈਆਂ 'ਚ ਦੁਆ ਕੇ ਅੱਲਾ ਸੁਣਿਆ ਆਪਣੇ ਪਿਆਰੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦਾ ਸਦਕਾ ਬਿਲਾ ਇਮਤਿਆਜ਼ ਤਮਾਮ ਬਿਮਾਰਾਂ ਨੂੰ ਸ਼ਿਫਾ ਕਾਮਲਾ ਅਜਲਾ ਅਤਾ ਫਰਮਾਈ ਅੱਲਾਹੁ ਅਕਬਰ ਕਬੀਰਾ ਵਮਾ ਅਲੈਨਾ ਇਲਲ ਬਲਾਗੁਲ ਮੁਬੀਨ